ਸਤਿ ਸ਼੍ਰੀ ਅਕਾਲ ਪੰਜਾਬ ਭਾਰਤ ਤੇ ਅਮਰੀਕਾ ਦੀਆਂ ਇੰਗਲਿਸ਼ ਹਿੰਦੀ ਪੰਜਾਬੀ ਅਤੇ ਗੁਜਰਾਤੀ ਦੀਆਂ ਖਬਰਾਂ ਦੇ ਇੱਕਮਾਤਰ ਪੋਰਟਲ ਇੰਡੀਅਨ ਟਾਈਮਸ ਡੇਲੀ .com ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਇਸ ਵਿੱਚ ਤੁਹਾਨੂੰ ਸਥਾਪਿਤ ਕਾਰੋਬਾਰਾਂ ਅਤੇ ਸਾਧਨਾਂ ਦੀ ਜਾਣਕਾਰੀ ਵੀ ਮਿਲੇਗੀ ਮੈਂ ਹਾਂ ਰਾਧਿਕਾ ਛਾਬੜਾ ਅਤੇ ਅੱਜ ਦੀਆਂ ਮੁੱਖ ਖਬਰਾਂ ਨੇ ਪੰਜਾਬ ਵਿੱਚ ਸ਼ੀਤ ਲਹਿਰ ਅਤੇ ਕੋਹਰੇ ਨੇ ਨਾਰਮਲ ਲਾਈਫ ਨੂੰ ਪ੍ਰਭਾਵਿਤ ਕੀਤਾ ਹੈ ਅਤੇ ਲਿੰਕ ਰੋਡ ਦੇ ਲਈ ਕੇਂਦਰ ਨੂੰ 200 ਕਰੋੜ ਰੁਪਏ ਦਾ ਪ੍ਰਸਤਾਵ ਭੇਜਿਆ ਜਾਵੇਗਾ ਭਾਰਤ ਵਿੱਚ 2000 ਰੁਪਏ ਦੇ MDR ਚਾਰਜਸ ਨੂੰ ਸਰਕਾਰ ਵਹਿਨ ਕਰੇਗੀ ਅਤੇ ਕੁਝ ਇਲੈਕਟ੍ਰੋਨਿਕ ਸਾਮਾਨਾਂ ਉੱਤੇ ਸੀਮਾ ਸ਼ੁਲਕ ਵਧਾਇਆ ਗਿਆ ਹੈ ਅਮਰੀਕਾ ਵਿੱਚ ਭਾਰਤੀ ਮੂਲ ਦੀ ਪਹਿਲੀ ਅਮਰੀਕਨ ਸੈਨੇਟ ਕਮਲਾ ਹੈਰਿਸ ਨੇ ਵੀ ਪ੍ਰੈਜ਼ੀਡੈਂਟ ਡੋਨਲਡ ਟਰੰਪ ਦੇ ਅਸਤੀਫੇ ਦੀ ਮੰਗ ਕੀਤੀ ਹੈ ਅਤੇ FCC ਨੇ 2015 ਵਿੱਚ ਲਾਗੂ ਕੀਤੇ ਗਏ ਨੈੱਟ ਨਿਊਟ੍ਰੈਲਿਟੀ ਰੂਲਸ ਨੂੰ ਵਾਪਸ ਲੈਣ ਦੇ ਪੱਖ ਵਿੱਚ ਮਤ ਦਿੱਤਾ ਸਾਡੇ ਨਾਲ ਜੁੜੇ ਰਹੋ ਦੋਸਤੋ ਅਸੀਂ ਪੰਜਾਬ ਭਾਰਤ ਤੇ ਅਮਰੀਕਾ ਦੀਆਂ ਮਹੱਤਵਪੂਰਨ ਖਬਰਾਂ ਦੇ ਨਾਲ ਜਲਦੀ ਵਾਪਸ ਆਵਾਂਗੇ